ਟੀਚਿੰਗ ਕਰ ਦਿਓ। ਔਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ 'ਤੇ 1 ਘੰਟੇ ਦੇ ਪੜ੍ਹਾਉਣੇ ਆ, ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ 'ਤੇ ਹੋਣਗੇ। ਅਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30,000 ਹੋਏਗੀ। ਅਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਜ ਹੋਣਗੇ ਕਲਾਸ ਦੇ ਵਿੱਚ। ਅਤੇ ਉਹਦੇ ਅਕੋਰਡਿੰਗ ਜਿਹੜਾ ਫਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ, 100 'ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ, ਅਤੇ ਜਿਹੜਾ 2000 ਸੀਗਾ ਉਹ ਫਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ, ਅਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਏ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ 'ਚੋਂ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ। ਲੇਕਿਨ ਜਦੋਂ ਲਾਸਟ ਮੈਂ ਟ੍ਰਾਂਸਫਰ ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਇਹ ਸਮਝ ਕੇ ਕੀਤੇ, ਮੈਨੂੰ ਕਿਤੇ ਨਾ ਕਿਤੇ ਸ਼ੱਕ ਤਾਂ ਉਹਨਾਂ 'ਤੇ ਪਈ ਸੀਗੀ, ਲੇਕਿਨ ਮੈਂ ਇਹ ਸੋਚ ਕੇ ਕੀਤੇ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ, ਕਿਉਂਕਿ ਜਿਵੇਂ ਕਈ ਵਾਰੀ ਬੰਦਾ ਕਨਫਿਊਜ਼ ਹੋ ਜਾਂਦਾ। ਮੇਰੇ ਨਾਲ ਬਾਈਜੂ ਕੰਪਨੀ ਵੱਲੋਂ ਜਿਹੜੇ ਫਰੋਡ ਸੀਗੇ ਉਹਨਾਂ ਦੀ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ, ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ ਕੁਛ ਇੰਸਟਾਲਮੈਂਟਸ ਦੇ ਵਿੱਚ ਪੈਸੇ ਜਿਹੜੇ ਸੀਗੇ ਉਹਨਾਂ ਨੇ ਮੇਰੇ ਤੋਂ ਲਏ, ਜਿਹੜੇ ਉਹਨਾਂ ਜਿਹਦੇ ਵਾਸਤੇ ਉਹਨਾਂ ਨੇ ਖਾਤਾ ਪ੍ਰੋਵਾਈਡ ਕੀਤਾ ਸਾਰਾ ਕੁਛ। ਐਂਡ ਇੱਥੋਂ ਤੱਕ ਕਿ ਉਹਨਾਂ ਨੇ ID ਫੇਕ ID ਕਾਰਡਸ ਵੀ ਬਣਾਏ ਹੋਏ ਸੀ ਜਿਹੜੇ ਕਿ ਸੇਮ ਬਾਈਜੂ ਐਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ। ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਐਵੇਂ ਦੀਆਂ ਸ਼ੋਅ ਹੁੰਦੀਆਂ ਰਹਿੰਦੀਆਂ। ਅਤੇ ਇਹ ਜਿਹੜੀ ਐਪ ਹੈ ਇਹ ਵੀ ਯੂਟਿਊਬ 'ਤੇ ਸ਼ੋਅ ਹੋ ਰਹੀ ਸੀਗੀ, ਅਤੇ ਜਦੋਂ ਹੀ ਉਹ ਐਪ 'ਤੇ ਆਟੋਮੈਟਿਕਲੀ ਕਲਿੱਕ ਹੋਇਆ, ਆਪੇ ਹੀ ਕਲਿੱਕ ਹੋਇਆ, ਜਿਵੇਂ ਐਪ ਖੁੱਲ ਜਾਂਦੀ ਹੈ ਕਈ ਵਾਰੀ ਕੋਈ ਵੀ ਐਪ, ਅਤੇ ਉਦੋਂ ਉਹ ਵਟਸਐਪ 'ਤੇ ਟ੍ਰਾਂਸਫਰ ਹੋ ਕੇ ਇੱਕ ਨੰਬਰ ਦੇ ਥਰੂ ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਦਿਸ। ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ ਵਟਸਐਪ 'ਤੇ ਭੇਜਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਉਹਨਾਂ ਨੇ 2100 ਰੁਪਇਆ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਿਹਾ, ਅਤੇ ਉਹਨਾਂ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ, ਅਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਜਾਂ ਫਿਰ ਕਿਸੇ ਬੰਦੇ ਨੂੰ ਜਾਂ ਕਿਹਾ ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ, ਅਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ 'ਤੇ ਕਿ ਉਹ ਗੈਜਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਛ ਔਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ, ਅਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ, ਅਤੇ ਉਹਦੇ ਵਿੱਚ ਤੁਹਾਨੂੰ 12,650 ਕੁਛ ਇੱਦਾਂ ਉਹਦੀ ਜਿਹੜੀ ਇੰਸ਼ੋਰੈਂਸ ਕਰਵਾਉਣੀ ਪਏਗੀ 2 ਸਾਲ ਦੀ, ਜਿਹਦੇ 'ਚੋਂ 650 ਤੇ ਤੁਹਾਡੇ ਇੰਸ਼ੋਰੈਂਸ ਦੇ ਕੱਟੇ ਜਾਣਗੇ, ਤੇ ਜਿਹੜੇ 12,000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਿਸ ਆਏਗਾ। ਇਸ ਤਰੀਕੇ ਨਾਲ 4 ਵਾਰੀ ਐਵੇਂ ਹੋਇਆ, 90,000 ਦੇ ਲਾਗੇ। ਜੀ ਮੈਮ, ਬਾਈਜੂ ਲਰਨਿੰਗ ਜਿਹੜੀ ਕੰਪਨੀ ਹੈ ਉਹਨੂੰ ਇਨਫੋਰਮ ਕੀਤਾ ਸੀ, ਉਹਨਾਂ ਨੇ ਕਾਲ ਸੈਂਟਰ ਤੇ ਇਨਫੋਰਮ ਕੀਤਾ, ਤੇ ਫਿਰ ਉਹਨਾਂ ਨੇ ਇੱਕ ਬਕਾਇਦਾ ਮੈਨੂੰ ਈਮੇਲਸ ਤੇ ਮੇਰਾ ਜਿਹੜੀ ਸਾਰੀ ਚੈਟ ਹੋਈ ਹੈ ਵਟਸਐਪ ਤੇ ਉਹ ਨੰਬਰ ਦੇ ਉਹ ਸਾਰੀ ਚੈਟ ਦੀ ਸਕਰੀਨਸ਼ੋਟਸ ਲੈ ਲਏ ਸੀਗੇ, ਤੇ ਉਹਨਾਂ ਨੇ ਮੈਨੂੰ ਕੰਪਲੇਂਟ ਨੰਬਰ ਵੀ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈੱਡ ਆਫਿਸ ਜ਼ਰੂਰ ਇਸ ਬਾਰੇ ਗੱਲ ਕਰਾਂਗੇ ਕਿ ਇਹਦਾ ਜ਼ਿਕਰ ਕਰਾਂਗੇ ਕਿ ਐਵੇਂ ਚੱਲ ਰਿਹਾ ਹੈਗਾ। ਅੱਛਾ, ਤੁਹਾਨੂੰ ਉਹਨਾਂ ਨੇ ਲਾਲਚ ਕੀ ਦਿੱਤਾ ਸੀ ਵੀ ਕਿਸ ਤਰੀਕੇ ਤੋਂ ਇਹ ਕੀ ਸੋਚਿਆ ਸੀ ਵੀ ਮੈਨੂੰ ਕਿੰਨੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ, ਉਹਨਾਂ ਨੇ ਕੀ ਲਾਲਚ ਕੀਤਾ?
ਉਹਨਾਂ ਨੇ ਆਨਲਾਈਨ ਦਾ ਇਹ ਦੱਸਿਆ ਸੀਗਾ ਕਿ ਜਦੋਂ ਤੁਸੀਂ ਆਨਲਾਈਨ ਟੀਚਿੰਗ ਕਰਦੇ ਹੋ, ਆਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ ਤੇ ਘੰਟੇ ਦੇ ਪੜ੍ਹਾਉਣੇ ਆ, ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ ਤੇ ਹੋਣਗੇ, ਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30,000 ਹੋਏਗੀ, ਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਜ਼ ਹੋਣਗੇ ਕਲਾਸ ਦੇ ਵਿੱਚ। ਤੇ ਉਹਦੇ ਅਕੋਰਡਿੰਗ ਜਿਹੜਾ ਫਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ, 100 ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ, ਤੇ ਜਿਹੜਾ 2000 ਸੀਗਾ ਉਹ ਫਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ, ਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਏ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ ਚੋਂ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ। ਲੇਕਿਨ ਜਦੋਂ ਲਾਸਟ ਮੈਂ ਟ੍ਰਾਂਸਫਰ ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਇਹ ਸਮਝ ਕੇ ਕੀਤੇ, ਮੈਨੂੰ ਕਿਤੇ ਨਾ ਕਿਤੇ ਸ਼ੱਕ ਤੇ ਉਹਨਾਂ ਤੇ ਪਈ ਸੀਗੀ, ਲੇਕਿਨ ਮੈਂ ਇਹ ਸੋਚ ਕੇ ਕੀਤੇ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ, ਕਿਉਂਕਿ ਜਿਵੇਂ ਕਈ ਵਾਰੀ ਬੰਦਾ ਕਨਫਿਊਜ਼ ਹੋ ਜਾਂਦਾ ਹੈ ਕਿ ਹਨਾ ਹੁਣ ਇਹ ਪੈਸੇ ਵੀ ਆਉਣਗੇ ਕਿ ਨਹੀਂ ਆਉਣਗੇ, ਤੇ ਉਸ ਟਾਈਮ ਵੀ ਐਵੇਂ ਹੀ ਹੋਇਆ, ਤੇ ਮੈਨੂੰ ਸੀਗਾ ਕਿ ਸ਼ਾਇਦ ਉਹ ਵਾਪਿਸ ਆ ਜਾਣਗੇ ਜੇ ਇਹ ਜੈਨੂਅਨ ਹੋਇਆ। ਜੀ ਮੈਂ ਇਹਦੇ ਬਾਰੇ ਪੁਲਿਸ ਕਮਿਸ਼ਨਰ ਨੂੰ ਵੀ ਐਪਲੀਕੇਸ਼ਨ ਲਿਖੀ ਹੈ, ਤੇ ਉਹਦਾ ਮੈਨੂੰ ਕੰਪਲੇਂਟ ਨੰਬਰ ਵੀ ਮਿਲ ਗਿਆ, ਤੇ ਉਹਨਾਂ ਨੇ ਐਪਲੀਕੇਸ਼ਨ ਰਿਸੀਵ ਕਰ ਲਈ। ਜੇ ਤੇ ਪੁਲਿਸ ਇੱਥੇ ਕਾਰਵਾਈ ਕਰੇਗੀ, ਕਿਉਂਕਿ ਅੱਜ ਕੱਲ ਕਾਫੀ ਫਰਾਡ ਕੇਸਿਸ ਐਵੇਂ ਦੇ ਚੱਲ ਰਹੇ ਨੇ ਐਡਵਰਟਾਈਜ਼ਮੈਂਟ ਗੇਮਸ ਦੇ ਥਰੂ ਤੇ ਐਪਸ ਦੇ ਥਰੂ ਵੀ, ਤੇ ਅਗਰ ਤੇ ਪੁਲਿਸ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਜ਼ਰੂਰ ਮਿਲ ਜਾਣਗੇ, ਕਿਉਂਕਿ ਉਹਨਾਂ ਦਾ ਜਿਵੇਂ ਟਰੈਕ ਹੋ ਰਿਹਾ ਉਹਨਾਂ ਦਾ ਮੋਬਾਈਲ ਨੰਬਰ, ਉਹ ਹਾਲੇ ਤੱਕ ਉਹਨਾਂ ਦਾ ਮੋਬਾਈਲ ਨੰਬਰ ਚੱਲ ਰਿਹਾ, 2 ਦਿਨ 3 ਦਿਨ ਹੋ ਗਏ ਤੇ ਹਾਲੇ ਤੱਕ ਉਹਨਾਂ ਦਾ ਜਿਹੜਾ ਉਹ ਟਰੈਕ ਹੋ ਰਿਹਾ ਮੋਬਾਈਲ। ਜੀ ਬਿਲਕੁਲ, ਲੋਕਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਕਿ ਐਵੇਂ ਦੀ ਐਡਵਰਟਾਈਜ਼ਮੈਂਟ ਨੂੰ ਚਾਹ ਕੇ ਵੀ ਤੁਸੀਂ ਵਿਜ਼ਿਟ ਨਾ ਕਰੋ, ਉਹਦੇ ਉੱਤੇ ਕਲਿੱਕ ਨਾ ਕਰੋ, ਕਿਉਂਕਿ ਵੈਸੇ ਤੇ ਜਿਵੇਂ ਮੈਂ ਸੀਗੀ ਮੈਂ ਵੀ ਉੱਤੇ ਕਲਿੱਕ ਨਹੀਂ ਸੀ ਕੀਤਾ, ਆਟੋਮੈਟਿਕਲੀ ਹੱਥ ਲੱਗਾ ਤੇ ਉਹ ਓਪਨ ਹੋ ਗਿਆ ਵਟਸਐਪ ਤੇ ਉਹਨਾਂ ਦਾ ਪੇਜ। ਲੇਕਿਨ ਤੁਹਾਨੂੰ ਇਹੋ ਜਿਹੀ ਸਾਈਟਸ ਤੇ ਵਿਜ਼ਿਟ ਹੀ ਨਹੀਂ ਕਰਨਾ ਚਾਹੀਦਾ, ਤੁਹਾਨੂੰ ਅਗਰ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਖੁਦ ਜਾ ਕੇ ਉੱਥੇ ਗੱਲਬਾਤ ਕਰੋ, ਜਿਹੜੀ ਵੀ ਜੋਬ ਦੀ ਆਫਰ ਆਉਂਦੀ ਹੈ ਜਾਂ ਫਿਰ ਕਿਤੇ ਤੁਸੀਂ ਪੜ੍ਹਨਾ ਚਾਹੁੰਦੇ ਹੋ, ਕਈ ਵਾਰੀ ਪੜ੍ਹਾਈ ਦੇ ਰਿਲੇਟਡ ਵੀ ਐਵੇਂ ਦੀਆਂ ਐਪਸ ਹੈਗੀਆਂ ਨੇ ਜਿਹੜਾ ਕਿ ਤੁਹਾਡੇ ਤੋਂ ਪੈਸੇ ਲੈ ਕੇ ਹੋਮ ਟਿਊਟਰਿੰਗ ਦੀ ਗੱਲ ਕਰਦੇ ਨੇ, ਲੇਕਿਨ ਬਾਅਦ ਚੋਂ ਪੈਸੇ ਲੈ ਕੇ ਗਾਇਬ ਹੋ ਜਾਂਦੇ ਨੇ।